ਔਰਨ ਕੀ ਹੋਲੀ ਮਮ ਹੋਲਾ, ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ, ਜਿਸ ਦੀ ਸ਼ੁਰੂਆਤ ਪੁਰਾਤਨ ਮਰਿਆਦਾ ਅਨੁਸਾਰ ਅੱਜ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਪੰਜ ਨਗਾਰਿਆਂ 'ਤੇ ਚੋਟ ਲਗਾ ਕੇ ਸਿੰਘ ਸਾਹਿਬਾਨ ਅਤੇ ਸੰਗਤਾਂ ਵੱਲੋਂ ਕੀਤੀ ਗਈ। ਇਸ ਮਹਾਨ ਸਮਾਗਮ ਦੇ ਵਿੱਚ ਕੀ ਗੁਜ਼ਰਿਆ ਖਾਸ, ਆਓ ਜਾਣਦੇ ਹਾਂ। ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ, ਜਿਸ ਦੀ ਸ਼ੁਰੂਆਤ ਰਾਤ 12 ਵਜੇ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਪੰਜ ਨਗਾਰਿਆਂ ਦੀ ਚੋਟ ਨਾਲ ਹੋਈ। ਖਾਲਸੇ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਨਗਾਰੇ ਤੇ ਚੋਟਲਾ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕੀਤੀ। ਗੌਰਤਲਬ ਹੈ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਇਸ ਕੌਮੀ ਤਿਉਹਾਰ ਦੀ ਸਾਲ ਭਰ ਉਡੀਕ ਰਹਿੰਦੀ ਹੈ ਤੇ ਹਰ ਸਾਲ 50 ਲੱਖ ਦੇ ਕਰੀਬ ਸਿੱਖ ਸੰਗਤਾਂ ਵੱਲੋਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਜਾਂਦੀਆਂ ਹਨ। ਇਸ ਸਾਲ ਹੋਲਾ ਮਹੱਲਾ 16 ਮਾਰਚ ਤੋਂ ਲੈ ਕੇ 18 ਮਾਰਚ ਤੱਕ ਕੀਰਤਪੁਰ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਅਤੇ 19 ਤੋਂ ਲੈ ਕੇ 21 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਖਾਲਸਾ ਪੰਥ ਦੇ ਕੌਮੀ ਤਿਉਹਾਰ, ਰਵਾਇਤੀ ਤਿਉਹਾਰ ਹੋਲੇ ਮਹੱਲੇ ਦੀ ਆਰੰਭਤਾ ਅੱਜ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਵਿਖੇ ਰਾਤ 12 ਵਜੇ ਨਗਾਰੇ ਵਜਾ ਕੇ ਕਰ ਦਿੱਤੀ ਗਈ ਹੈ ਔਰ ਕੱਲ੍ਹ 16 ਤਰੀਕ ਨੂੰ ਸ਼੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੋ ਜਾਣਗੇ। ਉਹਨਾਂ ਦੀ ਸਮਾਪਤੀ ਤੋਂ ਬਾਅਦ 18 ਤਰੀਕ ਨੂੰ ਗੁਰਮਤਿ ਦੀਵਾਨ ਸੱਜਣੇ ਨੇ ਔਰ 19 ਤਰੀਕ ਨੂੰ ਸਵੇਰੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਨਾਲ ਹੀ ਗੁਰਮਤਿ ਦੀਵਾਨਾਂ ਦੀ ਆਰੰਭਤਾ ਹੋ ਜਾਣੀ ਹੈ ਔਰ ਤਿੰਨੋਂ ਹੀ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਹੋਣਾ। 21 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਤੋਂ ਉਪਰੰਤ ਗੁਰਮਤਿ ਦੀਵਾਨ ਸੱਜਣੇ ਨੇ ਔਰ ਉਸ ਤੋਂ ਬਾਅਦ 12 ਵਜੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਮਹੱਲੇ ਦੀ ਆਰੰਭਤਾ ਕੀਤੀ ਜਾਣੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤੀ ਜਾਣੀ ਹੈ। ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਉੱਤੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਖਾਲਸੇ ਦੇ ਇਸ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਤਿਉਹਾਰ 'ਤੇ ਪਹੁੰਚ ਕੇ ਗੁਰੂ ਸਾਹਿਬ ਦੇ ਔਰ ਗੁਰੂ ਦੀਆਂ ਪਿਆਰੀਆਂ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ। 21 ਤਰੀਕ ਨੂੰ ਦੁਪਹਿਰ 12 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਲੇ ਮਹੱਲੇ ਦੀ ਆਰੰਭਤਾ ਹੋਣੀ ਹੈ। ਸਮੁੱਚੇ ਖਾਲਸਾ ਪੰਥ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ। ਸਿੱਖਾਂ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਨੂੰ ਸਮਰਪਿਤ ABP ਸਾਂਝਾ ਦੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਲਦ ਮਿਲਦੇ ਹਾਂ, ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ।
ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਸਾਲ ਦੋ ਪੜਾਵਾਂ ਦੇ ਵਿੱਚ ਮਨਾਇਆ ਜਾਂਦਾ ਹੈ। ਇੱਕ ਪੜਾ ਸ਼੍ਰੀ ਕੀਰਤਪੁਰ ਸਾਹਿਬ ਅਤੇ ਦੂਸਰੇ ਪੜਾ ਦੀ ਸਮਾਪਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦੀ ਹੈ। ਜੇਕਰ ਇਸ ਵਾਰ ਦੀ ਗੱਲ ਕਰੀਏ ਤਾਂ ਇਹ ਪਹਿਲਾ ਪੜਾ 16 ਤੋਂ 18 ਮਾਰਚ ਸ਼੍ਰੀ ਕੀਰਤਪੁਰ ਸਾਹਿਬ ਅਤੇ 19 ਤੋਂ 21 ਮਾਰਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਕੌਮੀ ਤਿਉਹਾਰ ਮਨਾਇਆ ਜਾ ਰਿਹਾ ਹੈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 22 ਮਾਰਚ ਨੂੰ ਮਹੱਲਾ ਕੱਢਿਆ ਜਾਵੇਗਾ। ਜੇਕਰ ਇਸ ਕੌਮੀ ਤਿਉਹਾਰ ਦੀ ਆਰੰਭਤਾ ਦੀ ਗੱਲ ਕਰੀਏ ਤਾਂ ਬੀਤੀ ਰਾਤ ਪੁਰਾਤਨ ਪੰਜ ਨਗਾਰਿਆਂ 'ਤੇ ਚੋਟ ਲਗਾ ਕੇ ਇਸ ਕੌਮੀ ਤਿਉਹਾਰ ਦੀ ਆਰੰਭਤਾ ਕੀਤੀ ਗਈ ਅਤੇ ਢਾਡੀ ਜਥਿਆਂ ਵੱਲੋਂ ਗੁਰੂ ਜਸ ਨਾਲ ਵੀਰ ਰਸ ਜਿਹੜੀਆਂ ਵਾਰਾਂ ਨੇ ਉਹਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਦੇ ਮੈਦਾਨ ਦੇ ਵਿੱਚ ਪਹੁੰਚੇ, ਪਾਵਨ ਗੁਰਦੇਵ ਦਾ ਵਜੀਦ ਖਾਂ ਦੀਆਂ ਫੌਜਾਂ ਦੇ ਨਾਲ ਮੁਕਾਬਲਾ ਹੋਇਆ। ਵਜੀਦ ਖਾਂ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ, ਨਾਹਰ ਖਾਂ ਵੀ ਮਾਰਿਆ ਗਿਆ। ਪਾਵਨ ਗੁਰਦੇਵ ਨੇ ਆਪਣੇ ਸਿੱਖਾਂ ਨੂੰ ਦੇ ਕੇ ਥਾਪੜਾ। ਜਦੋਂ ਇਹ ਵਜੀਦ ਖਾਂ ਦੀਆਂ ਫੌਜਾਂ ਹੁਣ ਚਮਕੌਰ ਦੀ ਕੱਚੀ ਹਵੇਲੀ ਦਾ ਦਰਵਾਜ਼ਾ ਤੋੜ ਕੇ ਪਾਵਨ ਗੁਰਦੇਵ 'ਤੇ ਹਮਲਾ ਕਰਨ ਵਾਸਤੇ ਆਉਣ ਲੱਗੀਆਂ, ਸੱਚੇ ਪਾਤਸ਼ਾਹ ਨੇ ਭਾਈ ਹਿੰਮਤ ਸਿੰਘ ਨੂੰ ਥਾਪੜਾ ਦੇ ਕੇ ਰਣ ਮੈਦਾਨ ਵੱਲ ਨੂੰ ਤੋਰਿਆ। ਗੁਰੂ ਕੇ ਸਿੱਖਾਂ ਨੇ ਜਾ ਕੇ ਵੈਰੀ ਦਲ ਦਾ ਮੁਕਾਬਲਾ ਕੀਤਾ। ਵੈਰੀ ਦਲ ਨੂੰ ਇੱਕ ਵਾਰ ਖੂਨ ਦੇ ਹੰਝੂ ਰੋਣ ਵਾਸਤੇ ਮਜਬੂਰ ਕਰ ਦਿੱਤਾ। ਗੁਰਮੁਖ ਪਿਆਰਿਓ, ਉਸ ਤੋਂ ਬਾਅਦ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਚਮਕੌਰ ਦੀ ਕੱਚੀ ਹਵੇਲੀ ਦੇ ਉੱਤੇ ਖੜੇ ਤੱਕਦੇ ਹੈ। ਪਾਵਨ ਗੁਰਦੇਵ ਦੇ ਸਿੱਖਾਂ ਨੂੰ ਰਣ ਮੈਦਾਨ ਵਿੱਚ ਲੜਦਿਆਂ ਹੋਇਆਂ ਅੱਜ ਗੁਰੂ ਦੇ ਸ਼ਮਸ਼ੇਰ ਪੋਤਾ, ਗੁਰੂ ਦੇ ਸ਼ੇਰ ਪੁੱਤ ਦੇ ਸਰੀਰ ਦੇ ਵਿੱਚ ਰੋ ਆਇਆ ਆਇਆ ਜੋਸ਼ ਦੇ ਵਿੱਚ ਵੀਰ ਰਾਤੋਂ ਭਰਿਆ ਹੋਇਆ ਗੁਰੂ ਦਾ ਸਤਿਕਾਰ ਆ ਕੇ ਪਾਵਨ ਗੁਰਦੇਵ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਸਤਿਕਾਰਯੋਗ ਪਿਤਾ ਜੀਓ, ਮੈਂ ਵੀ ਰਣ ਮੈਦਾਨ ਵਿੱਚ ਜਾਣਾ ਚਾਹੁੰਦਾ। ਮੇਰੇ ਪਾਵਨ ਗੁਰਦੇਵ ਨੇ ਘੁੱਟ ਕੇ ਛਾਤੀ ਦੇ ਨਾਲ ਲਾ ਕੇ ਅੱਜ ਬੜੀ ਖੁਸ਼ੀ ਪਾਵਨ ਗੁਰਦੇਵ ਨੇ ਆਪਣੇ ਪੁੱਤਰ ਨੂੰ ਕਿਹਾ, ਉਹ ਜੀਤ ਸਿੰਘਾ ਅੱਜ ਮੈਂ ਆਪਣੇ ਆਪ ਨੂੰ ਬੜਿਆ ਭਾਗਾਂ ਵਾਲਾ ਜਾਣਦਾ। ਕਦੇ ਸਮਾਂ ਸੀ ਜਦੋਂ ਮੈਂ ਛੋਟੀ ਉਮਰੇ ਆਪਣੇ ਪਿਤਾ ਨੂੰ ਦਿੱਲੀ ਦੇ ਵਿੱਚ ਕੁਰਬਾਨ ਹੋਣ ਵਾਸਤੇ ਤੋਰਿਆ, ਉਦੋਂ ਮੈਂ ਇੱਕ ਧਰਮੀ ਪੁੱਤਰ ਦਾ ਫਰਜ਼ ਨਿਭਾਇਆ, ਅੱਜ ਮੈਂ ਧਰਮੀ ਪਿਤਾ ਦਾ ਫਰਜ਼ ਨਿਭਾਉਣ ਲੱਗਾ। ਅਜੀਤ ਸਿੰਘਾ, ਮੈਂ ਆਪਣੇ ਆਪ ਨੂੰ ਬੜੇ ਭਾਗਾਂ ਵਾਲਾ ਜਾਣਦਾ। ਪਾਵਨ ਗੁਰਦੇਵ ਨੇ ਆਪਣੇ ਪੁੱਤਰ ਨੂੰ ਰਣ ਮੈਦਾਨ ਵਿੱਚ ਭੇਜਿਆ। ਬਾਬਾ ਅਜੀਤ ਸਿੰਘ ਰਣ ਮੈਦਾਨ ਵਿੱਚ ਲੜਦਿਆਂ ਹੋਏ ਸ਼ਹਾਦਤ ਦਾ ਜਾਮ ਪੀ ਗਏ ਹੈ। ਉਸ ਤੋਂ ਬਾਅਦ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜਗਜਾਤ ਸਿੰਘ ਦੇ ਵੀ ਮਨ ਵਿੱਚ ਖਿਆਲ ਆਇਆ, ਕਿਉਂ ਨਾ ਹੋਵੇ ਆਪਣੇ ਵੀਰ ਤੇ ਵਾਂਗ ਮੈਂ ਵੀ ਰਣ ਮੈਦਾਨ ਵਿੱਚ ਜਾ ਕੇ ਵੈਰੀਆਂ ਦੇ ਨਾਲ ਦੋ ਦੋ ਹੱਥ ਕਰਾਂ। ਗੁਰੂ ਦਾ ਸਪੁੱਤਰ ਆ ਗਿਆ ਪਾਵਨ ਗੁਰਦੇਵ ਦੇ ਸਾਹਮਣੇ, ਜੋੜੇ ਦੋਵੇਂ ਹੱਥ, ਸੱਚੇ ਪਾਤਸ਼ਾਹ ਰਣ ਮੈਦਾਨ ਵਿੱਚ ਜਾਣਾ ਚਾਹੁੰਦਾ। ਮੇਰੇ ਪਾਵਨ ਗੁਰਦੇਵ ਗਿੱਠਾਂ ਦੇ ਨਾਲ ਬਾਬਾ ਜਗਜਾਤ ਸਿੰਘ ਦੀਆਂ ਛਾਤੀਆਂ ਗਿਣਦੇ ਮਿਲਦੇ ਹੈ। ਜਗਜਾਤ ਸਿੰਘਾ, ਤੇਰੀ ਛਾਤੀ ਦੇ ਵਿੱਚ ਵੈਰੀਆਂ ਦੇ ਕਿੰਨੇ ਜਤੀਰ ਸਮਾ ਸਕਦੇ ਹੈ। ਪਾਵਨ ਗੁਰਦੇਵ ਨੇ ਅੱਜ ਕਰਕੇ ਤਿਆਰ ਆਪਣੇ ਵੀਰ ਪੁੱਤਰ ਨੂੰ ਰਣ ਮੈਦਾਨ ਵੱਲ ਤੋਰਿਆ। ਜਦੋਂ ਰਣ ਮੈਦਾਨ ਵੱਲ ਤੋਰਿਆ ਬਾਬਾ ਜਗਜਾਤ ਸਿੰਘ ਨੂੰ ਸਾਹਮਣੇ ਤੱਕਿਆ ਵਜ਼ੀਰ ਖਾਂ ਨੇ ਕਿ ਗੁਰੂ ਗੋਬਿੰਦ ਸਿੰਘ ਦਾ ਵੱਡਾ ਸਾਹਿਬਜ਼ਾਦਾ ਅਸੀਂ ਰਣ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ, ਹੁਣ ਦੂਜਾ ਸਾਹਿਬਜ਼ਾਦਾ ਕਿਉਂ ਨਾ ਹੋਵੇ ਇਹਨੂੰ ਗ੍ਰਿਫਤਾਰ ਕਰ ਲਿਆ ਜਾਵੇ। ਪਰ ਜਾਣਦਾ ਨਹੀਂ ਸੀ ਕਿ ਸ਼ੇਰਾਂ ਦੇ ਪੁੱਤ ਸ਼ੇਰ ਹੀ ਹੋਇਆ ਕਰਦੇ ਆ। ਸ਼ਾਇਦ ਕਹਿੰਦਾ ਮੈਂ ਰੁਕੋ ਇਹਨਾਂ ਨੂੰ ਨਿਤ ਦਿਨ ਸਾਹਿਬ ਨਿਰਾਸ਼ਾ ਦੇ ਨੇੜੇ
ਖਾਲੀ ਹਾਥੀ ਅੱਗੇ ਬੰਦੂ ਵਾਂਗ ਸੂਰਮਾ, ਖਾਲੀ ਹਾਥੀ ਅੱਗੇ ਬੰਦੂ ਵਾਂਗ ਸੂਰਮਾ, ਆਗੇ ਤੇਰੇ ਦਿਲਾਂ ਵਿੱਚ ਕਾਰੇ ਸਾਡੀ ਇੱਕ ਖਾਸ ਪੇਸ਼ਕਸ਼ ਅਜੇ ਜਾਰੀ ਹੈ, ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਲਦ ਮਿਲਦੇ ਹਾਂ, ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ।
ਜਿਨ ਤੋਹੇ ਪਿਆਰੋ ਤਿਨ ਪੂਰਨ ਪਰਤਾਪ ਪਾਰੋ ਸਰਬ ਧਨ ਕੋ ਮਦਦ ਹੈ।
ਪੁਰਾਤਨ ਪਰੰਪਰਾ ਅਨੁਸਾਰ ਹੋਲੇ ਮਹੱਲੇ ਦੀ ਆਰੰਭਤਾ ਤੇ ਇਹ ਸੀ ਸਾਡੀ ਖਾਸ ਪੇਸ਼ਕਸ਼। 3 ਦਿਨ ਚੱਲਣ ਵਾਲੇ ਇਸ ਕੌਮੀ ਤਿਉਹਾਰ ਦੀ ਪਲ ਪਲ ਦੀ ਅਪਡੇਟ ਤੇ ਵਿਸ਼ੇਸ਼ ਕਵਰੇਜ ABP ਸਾਂਝਾ ਤੇ ਇਸੇ ਤਰ੍ਹਾਂ ਜਾਰੀ ਰਹੇਗੀ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਤਰੀਨ ਖਬਰਾਂ ਦੇ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ।